ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਹੈ ਕਿ ਜਿਹੜੀਆਂ ਸ਼ਰੀਰਕ ਜੀਵਨ ਦੀਆਂ ਵਿਅਰਥ ਕਾਮਨਾਵਾਂ ਹਨ ਇਹ ਗਿਆਨ ਇੰਦਰੀਆਂ ਨੂੰ ਬਾਹਰ ਵੱਲ ਖਿੱਚਾਂ ਪਾਉਂਦੀਆਂ ਹਨ ਜਿਵੇਂ ਕਿ ਝਾਖੜ ਤੇ ਤੂਫਾਨ ਵੱਡੇ ਵੱਡੇ ਬਰਚਾਂ ਨੂੰ ਜੜਾਂ ਤੋਂ ਹੀ ਉਖਾੜ ਦਿੰਦੇ ਹਨ ਸੋ ਇਸ ਦਾ ਇੱਕੋ ਇੱਕ ਇਲਾਜ ਹੈ ਕਿ ਧਰਤੀ ਵਿੱਚ ਪ੍ਰੇਮ ਦਾ ਬੀਜ ਬੀਜੋ ਤੇ ਆਤਮਾ ਦੀ ਧਰਤੀ ਵਿੱਚ ਜੀਵਨ ਦਾ ਬੀਜ ਬੀਜੋ। ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਸਰੀਰਕ ਜੀਵਨ ਦੀਆਂ ਵਿਅਰਥ ਕਾਮਨਾਵਾਂ ਜੋ ਤੁਹਾਡੀਆਂ ਗਿਆਨ ਇੰਦਰੀਆਂ ਬਾਹਰ ਵੱਲ ਖਿੱਚਾਂ ਪਾਉਂਦੀਆਂ ਰਹਿੰਦੀਆਂ ਹਨ ਦਾ ਇੱਕੋ ਇੱਕ ਇਲਾਜ ਹੈ। ਨਹੀਂ ਤਾਂ ਇਹ ਇਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਝੱਖੜ ਤੇ ਤੂਫਾਨ ਵੱਡੇ-ਵੱਡੇ ਬਿਰਚਾਂ ਨੂੰ ਜੜ੍ਹਾਂ ਤੋਂ ਹੀ ਉਖਾੜ ਦਿੰਦੇ ਹਨ। ਹਾਂਜੀ ਇਸ ਸਰੀਰਕ ਜੀਵਨ ਦੀਆਂ ਵਿਅਰਥ ਕਾਮਨਾਵਾਂ ਜੋ ਤੁਹਾਡੀਆਂ ਗਿਆਨ ਇੰਦਰੀਆਂ ਬਾਹਰ ਵੱਲ ਖਿੱਚਾਂ ਪਾਉਂਦੀਆਂ ਰਹਿੰਦੀਆਂ ਹਨ ਦਾ ਇੱਕੋ ਇੱਕ ਇਲਾਜ ਹੈ ਨਹੀਂ ਤਾਂ ਇਹ ਇਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਝੱਖੜ ਤੇ ਤੂਫਾਨ ਵੱਡੇ-ਵੱਡੇ ਬਿਰਚਾਂ ਨੂੰ ਜੜ੍ਹਾਂ ਤੋਂ ਹੀ ਉਖਾੜ ਦਿੰਦੇ ਹਨ ਕੀ ਤੁਸੀਂ ਆਪਣੇ ਜੀਵਨ ਨੂੰ ਰਬਤਾ ਦੀ ਸ਼ਾਨ ਮਹਾਨਤਾ ਤੇ ਇਸ ਦੀ ਸੁੰਦਰਤਾ ਤੇ ਸਭ ਦੇ ਦਰਦ ਵਿੱਚ ਭੇਜੀ ਜੀਵਨ ਤੇ ਮੌਤ ਦੇ ਰਹੱਸੇ ਤੱਕ ਇਤਨਾ ਡੂੰਗਾ ਲੈ ਗਏ ਹੋ ਕਿ ਤੁਸੀਂ ਉਸੇ ਦੀ ਸਤਾ ਵਿੱਚ ਵਿਚਰ ਰਹੇ ਹੋ ਹਾਂਜੀ ਕੀ ਤੁਸੀਂ ਆਪਣੇ ਜੀਵਨ ਨੂੰ ਰੱਬ ਤਾਂ ਦੀ ਸ਼ਾਨ ਮਹਾਨਤਾ ਤੇ ਇਸ ਦੀ ਸੁੰਦਰਤਾ ਤੇ ਸਭ ਦੇ ਦਰਦ ਵਿੱਚ ਭੇਜੀ ਜੀਵਨ ਤੇ ਮੌਤ ਦੇ ਰਹੱਸੇ ਤੱਕ ਇਤਨਾ ਡੂੰਗਾ ਲੈ ਗਏ ਹੋ ਕਿ ਤੁਸੀਂ ਉਸੇ ਦੀ ਸਤਾ ਵਿੱਚ ਵਿਚਰ ਰਹੇ ਹੋ ਇਸ ਧਰਤ ਨੂੰ ਤਾਂ ਅਨਾਜ ਉਪਜਾਉਣ ਲਈ ਵਾਹੋ ਬੀਜੋ ਦਿਲ ਦੀ ਧਰਤੀ ਨੂੰ ਵਾਹ ਕੇ ਇਸ ਵਿੱਚ ਪ੍ਰੇਮ ਦਾ ਬੀਜ ਬੀਜੋ ਤੇ ਆਤਮਾ ਦੀ ਧਰਤੀ ਵਿੱਚ ਜੀਵਨ ਦਾ ਬੀਜ ਬੀਜੋ ਹਾਂਜੀ ਫਿਰ ਦੁਹਰਾ ਦਈਏ ਇਸ ਧਰਤ ਨੂੰ ਤਾਂ ਅਨਾਜ ਉਗਜਾਉਣ ਲਈ ਵਾਹੋ ਬੀਜੋ ਦਿਲ ਦੀ ਧਰਤੀ ਨੂੰ ਵਾਹ ਕੇ ਇਸ ਵਿੱਚ ਪ੍ਰੇਮ ਦਾ ਬੀਜ ਬੀਜੋ ਤੇ ਆਤਮਾ ਦੀ ਧਰਤੀ ਵਿੱਚ ਜੀਵਨ ਦਾ ਬੀਜ ਬੀਜੋ ਅਜੇ ਆ ਸੰਸਾਰ ਹੀ ਕਰਤਾਰਪੁਰ ਅਰਥਾਤ ਸਿਰਜਣਹਾਰ ਦਾ ਨਗਰ ਹੋ ਸਕਦਾ ਹੈ ਇਹੋ ਹੀ ਉਸ ਸੱਚੇ ਪਾਤਸ਼ਾਹ ਦੇ ਮਹਿਲ ਹਨ ਹਾਂਜੀ ਅਜੇ ਆ ਸੰਸਾਰੀ ਕਰਤਾਰਪੁਰ ਅਰਥਾਤ ਸਿਰਜਣਹਾਰ ਦਾ ਨਗਰ ਹੋ ਸਕਦਾ ਹੈ ਇਹੋ ਹੀ ਉਸ ਸੱਚੇ ਪਾਤਸ਼ਾਹ ਦੇ ਮਹਿਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ